Ayan, so nag... wow. Yeah. Tara, jade. ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸਾਡੇ ਇੱਕ ਨਵੇਂ ਵਲੌਗ 'ਚ। ਗੁੱਡ ਮਾਰਨਿੰਗ। ਹਾਂਜੀ, ਕੀ ਹਾਲ ਚਾਲ ਹੈ ਸਾਰਿਆਂ ਦਾ? ਠੀਕ ਹੋ? ਰਾਤ ਪਿਆ ਮੀਂਹ ਬਹੁਤ, ਅਤੇ ਮੈਂ ਕਿਹਾ ਗੱਡੀ ਸਾਫ਼ ਕਰ ਲਈਏ, ਅਤੇ ਮੀਂਹ ਦਾ ਫਾਇਦਾ ਲੈ ਲਈਏ ਆਪਾਂ। ਗੱਡੀ ਸਾਫ਼ ਕਰਤੀ, ਚਮਕਾਤੀ ਦੁਬਾਰਾ। ਫਿਰ ਕਿੱਥੇ ਕਿੱਥੇ ਮੀਂਹ ਪਿਆ ਦੱਸਿਓ ਜ਼ਰੂਰ। ਮੌਸਮ ਹੁਣ ਠੀਕ ਹੈ, ਜ਼ਿਆਦਾ ਗਰਮੀ ਨਹੀਂ, ਠੰਡ ਵਾਂਗੂ ਹੀ ਆ। ਗੱਡੀ ਸਾਫ਼ ਕਰਤੀ ਸਾਰੀ। ਭੰਗੜੇ ਦੀ ਡਰੈਸਿਸ ਸੀ, ਕਿਰਾਏ 'ਤੇ ਦੇਣੀਆਂ ਸੀਗੀਆਂ, ਅਤੇ ਫੋਨ ਆਇਆ ਸੀ ਕਿਸੇ ਸਟੂਡੈਂਟ ਦਾ, ਅਤੇ ਉਹ ਦੇ ਕੇ ਆ ਰਿਹਾ। ਮੈਂ ਗਿਆਨੀ ਜੈਲ ਸਿੰਘ ਯੂਨੀਵਰਸਿਟੀ ਚੱਲਿਆ, ਅਤੇ ਆਪਣੇ ਘਰ ਤੋਂ ਹੈਗਾ 12-13 ਕਿਲੋਮੀਟਰ। ਮੈਂ ਕਿਹਾ ਬਾਈ ਨੂੰ ਫੜਾ ਜਾਂਦੇ, ਉਹਨਾਂ ਦਾ ਫੰਕਸ਼ਨ ਹੈ, ਹੁਣ ਚੱਲੇ ਹਾਂ ਉੱਥੇ। ਲਓ ਜੀ ਦੇਖੋ, ਹਾਊਸ ਵਾਈਟ ਕਲੋਨੀ, ਇੱਧਰ ਵੀ ਬੜਾ ਘੈਂਟ ਮਾਹੌਲ ਹੈ, ਤਿੰਨ ਪੁੱਲ ਪੈ ਜਾਂਦੇ ਆ। ਇਹ ਜਾਂਦੀ ਹੈ ਡੱਬ ਵਾਲੀ ਰੋਡ ਸਿੱਧੀ, ਡੱਬ ਵਾਲੀ ਸਰਸੇ ਦਿੱਲੀ ਰੋਡ ਹੈ ਇਹ। ਇੱਧਰ ਹੀ ਏਮਸ ਹੋਸਪਿਟਲ ਆ ਜਾਂਦਾ, ਗਿਆਨੀ ਜੈਲ ਸਿੰਘ ਯੂਨੀਵਰਸਿਟੀ, ਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ਇੱਧਰ ਹੀ ਹੈ। ਇੱਧਰ ਗਣਪਤੀ ਇਨਕਲੇਵ ਆ ਗਿਆ, ਘੈਂਟ ਵਿਊ ਇੱਧਰ ਵੀ ਦੇਖੋ, ਗਣਪਤੀ ਬਾਬਾ ਮੋਰੀਆ, ਗਣਪਤੀ ਇਨਕਲੇਵ। ਪਹੁੰਚਣ ਵਾਲੇ ਯੂਨੀਵਰਸਿਟੀ, ਅਤੇ ਜਿੰਨੇ ਬਾਈ ਨੂੰ ਡਰੈਸ ਜੀ ਪਹੁੰਚ ਗਏ। ਇਹ ਰੋਡ ਜਾਂਦੇ ਸਿੱਧੀ ਬਾਦਲ ਨੂੰ, ਤੁਹਾਨੂੰ ਅੱਗੇ ਜਾ ਕੇ ਦਿਖਾਉਂਦੇ ਹਾਂ। ਅਤੇ ਯੂਨੀਵਰਸਿਟੀ ਆ ਗਈ ਮਹਾਰਾਜਾ ਰਣਜੀਤ ਸਿੰਘ, ਅਮਰਪੁਰਾ ਬਸਤੀ ਇੱਧਰ ਹੈ ਨਾ। ਅਤੇ ਉਹ ਦੇਖੋ ਯੂਨੀਵਰਸਿਟੀ ਦੀ ਕਿਆ ਬਾਤ ਆ, ਬਹੁਤ ਸੋਹਣੀ ਬਣਾਈ ਹੋਈ ਹੈ। ਦਿਖਾਉਂਦਾ ਤੁਹਾਨੂੰ, ਉੱਤਰ ਕੇ ਦਿਖਾਵਾਂਗੇ। ਦੇਖੋ ਦਿਖਦੀ ਹੈ ਨਾ ਥੋੜ੍ਹੇ ਥੋੜ੍ਹੇ, ਆਹ ਕਿਆ ਬਾਤ ਆ, ਬਹੁਤ ਸੋਹਣਾ, ਵਾਓ ਕਿਆ ਇਹ ਬਾਤ ਆ, ਦਰਖਤ ਨੇ ਲੁਕੋਤਾ। ਇੱਥੇ ਦੇਖਦੇ ਹਾਂ ਬਾਈ ਉਡੀਕਦਾ ਪਿਆ, ਉਹ ਵੀ ਪਹੁੰਚ ਗਏ, ਕਿਆ ਬਾਤ ਆ। ਗੇਟ ਹੀ ਬਹੁਤ ਤਕੜਾ, ਆ ਆਉਂਦਾ ਬਾਈ। ਗੱਡੀ ਭਰ ਗਈ ਯਾਰ, ਮੀਂਹ ਪਿਆ ਹੋਇਆ ਸੀ ਨਾ, ਗੱਡੀ ਗੰਦੀ ਹੋ ਗਈ। ਕੀ ਹਾਲ ਜਨਾਬ, ਠੀਕ ਹੋ? ਕੀ ਫੰਕਸ਼ਨ ਅੱਜ? ਅੱਜ ਇੱਥੇ ਆਪਣੇ ਸੀਗੇ ਸੋਲੋ ਕੰਪਨੀ ਦੇ G20 ਵਾਲਾ। ਅੱਛਾ, ਹਾਂਜੀ ਠੀਕ ਹੈ। ਅਤੇ ਦੇਖ ਲਾ ਪੱਕ ਚੈੱਕ ਕਰ ਲਾ, ਘੈਂਟ ਬਣੀ ਹੈ। ਹਾਂ ਹਾਂ, ਦੋਵੇਂ ਪਾਸੇ ਲੱਗਦਾ ਵਧੀਆ, ਠੀਕ ਹੈ, ਲਾ ਦੂੰਗਾ ਵੀ, ਲਾ ਦੂੰਗਾ। ਹਾਂ ਹਾਂ, ਉਹ ਜੇ ਡਰੈਸਿਸ ਦੇਤੀਆਂ ਸੀਗੀਆਂ, ਅਤੇ ਆਹ ਦੇਖੋ ਬਾਦਲ ਇੱਧਰ ਨੂੰ ਘੁੱਦਾ ਇੱਧਰ ਨੂੰ, ਅਤੇ ਚੱਲਦੇ ਹਾਂ ਵਾਪਸ ਹੀ ਆਪਾਂ ਇੱਧਰ ਨੂੰ ਆਪਦੇ ਵਾਲੀ ਸਾਈਡ। ਇਹ ਫੈਕਟਰੀ ਹੈ ਵਰਧਮਾਨ ਵਾਲਿਆਂ ਦੀ। ਹਾਂਜੀ, ਕਿਵੇਂ ਹੋ ਸਾਰੇ? ਉਮੀਦ ਕਰਦੇ ਤੁਸੀਂ ਠੀਕ ਹੋਵੋਗੇ। ਅਤੇ ਮੈਂ ਤਾਂ ਚੱਲਿਆ ਸੀ ਘਰੇ, ਫੋਨ ਆ ਗਿਆ, ਭੁੱਲ ਗਿਆ ਸੀ ਬਿਜਲੀ ਦਾ ਬਿੱਲ ਭਰਨਾ, ਪੈਸੇ ਕਢਾ ਕੇ, ਅਤੇ ਹੁਣ ਬਿਜਲੀ ਦਾ ਬਿੱਲ ਭਰ ਕੇ ਆਉਂਦੇ ਹਾਂ। ਬਸ ਲਾਈਨ ਲੱਗੀ ਹੋਵੇ ਉੱਥੇ। ਛੋਟੇ ਛੋਟੇ ਬੱਚੇ ਚੱਲੇ, ਛੁੱਟੀ ਹੋ ਗਈ ਸਕੂਲਾਂ 'ਚੋਂ, JVS ਸਕੂਲ ਨੂੰ ਛੁੱਟੀ ਹੋ ਗਈ। ਟਾਈਮ ਕਿੰਨਾ ਹੋ ਗਿਆ? 12:10, ਅਤੇ 12:10 ਹੋਏ, ਛੋਟੇ ਬੱਚਿਆਂ ਨੂੰ ਛੁੱਟੀ ਹੋਈ ਹੈ। ਭੀੜ ਦੇਖੋ ਕਿੰਨੀ ਹੋ ਗਈ ਬੱਚਿਆਂ ਲੈ ਕੇ ਪੇਰੈਂਟਸ ਦੀ। ਇਹ ਸੜਕ ਜਮੀ ਬੰਦ ਹੋ ਜਾਂਦੀ ਹੈ, ਉੱਪਰ ਦੀ ਆਵਾਂਗੇ ਹੁਣ, ਇੱਥੇ ਟ੍ਰੈਫਿਕ ਬਹੁਤ ਹੋ ਜੂਗਾ ਹੁਣ, ਹੁਣੇ ਇੰਨਾ ਹੋਇਆ ਪਿਆ। ਆਹ ਦੇਖੋ ਪੇਰੈਂਟਸ ਭੱਜ ਲਏ ਨਾ, ਗੇਟ ਖੁੱਲਿਆ, ਭੱਜ ਲਏ ਅੰਦਰ, ਜਿਵੇਂ ਕੈਦੀ ਛੱਡ ਦਿੱਤੇ ਹੁੰਦੇ ਆ। ਚਲੋ ਵੀ ਲੱਗ ਗਿਆ ਨਾ ਜਾਮ, ਇੱਥੇ ਆਉਣ ਲੱਗੇ ਉੱਪਰ ਦੀ ਆਵਾਂਗੇ, ਹੁਣ ਤਾਂ ਇੱਥੇ ਆਉਣਾ ਔਖਾ ਹੋ ਜੂ, ਜਾਮ ਲੱਗ ਜੂਗਾ। ਖਾਲੀ ਆ, ਕੋਈ ਭੀੜ ਹੈ ਨਹੀਂ ਲਾਈਨ 'ਚ, ਭਰਦੇ ਹਾਂ ਬਿੱਲ, ਲਾਈਨ ਖਾਲੀ ਮਿਲੀ। ਇਹ
ਲਓ ਜੀ ਬਿੱਲ ਭਰਤਾ ਲੱਗੇ ਪੂਰੇ 2 ਮਿੰਟ ਤੇ ਹੁਣ ਫਿਰ ਹੋਰ ਯਾਦ ਆ ਗਿਆ ਮਾਤਾ ਦੀ ਇੱਕ ਮੈਡੀਸਨ ਰਹਿੰਦੀ ਆ ਲੈ ਕੇ ਆਉਣ ਵਾਲੀ ਉਹ ਵੀ ਲੈ ਲਈਏ ਮੰਮੀ ਕੱਲ੍ਹ ਦੇ ਕਰੀ ਜਾਂਦੇ ਕਿ ਮੈਡੀਸਨ ਲਿਆ ਦੇ ਮੇਰੀ ਮੈਡੀਸਨ ਮਿੰਟੂ ਮੈਡੀਸਨ ਵੀ ਲੈ ਲਈਏ ਘਰ ਮੁੰਡੇ ਡੀਕਦੇ ਪਏ ਆ ਉਹਨਾਂ ਨੇ ਕੈਂਠੇ ਲੈ ਕੇ ਜਾਣੇ ਆ ਰੁਮਾਲ ਲੈਣੇ ਆ ਜਲਦੀ ਜਲਦੀ ਕਰੀਏ ਕੰਮ ਘਰ ਚੱਲੀਏ ਕੱਥੇ ਪੱਤੇ ਲੈ ਲਏ ਆਪਾਂ ਤਿੰਨ ਹੁਣ ਸਰਜੂ ਮਾਤਾ ਦਾ ਚੱਲਦੇ ਹਾਂ ਘਰ ਉਹ ਖੜਾ ਝੋਟਾ ਸਕੂਲ ਸਾਡਾ ਇੱਥੇ ਪੜ੍ਹੇ ਹਾਂ ਟਾਇਰ 'ਚ ਹਵਾ ਘੱਟ ਦਿੱਤੀ ਲੱਗਦਾ ਪੈਂਚਰ ਹੋ ਗਏ ਪੈਂਚਰ ਲੱਗਦੀ ਹੈ ਨਾ ਜਾਂ ਹਵਾ ਘੱਟ ਹੋ ਗਈ ਪੈਂਚਰ ਤਾਂ ਨਹੀਂ ਪੈਂਚਰ ਤਾਂ ਖਾਲੀ ਹੋ ਜਾਂਦਾ ਪੂਰੇ ਟਿਊਬ ਵਾਲੇ ਹੈ ਨਾ ਟਿਊਬ ਵਾਲੇ ਆ ਹਵਾ ਰੁਕਦਾ ਨਹੀਂ ਤਾਂ ਖਤਮ ਹੋ ਜਾਂਦਾ ਫਿਰ ਪੂਰੇ ਖਾਲੀ ਹੋ ਜਾਂਦਾ ਨਾਈਟ੍ਰੋਜਨ ਭਰਾਈ ਹੋਈ ਸੀ ਹਵਾ ਬਾਕੀ ਦੇਖਦੇ ਹਾਂ ਪਤਾ ਲੱਗ ਜੂਗਾ ਸਵੇਰ ਤੱਕ ਉਹਨੂੰ ਲੈ ਚੱਲੇ ਹਾਂ ਭਾਈ ਬਾਕੀ ਸਹੀ ਹੈ ਦੇਖੀ ਪੈਰਾ ਜਾ ਦੇਖ ਲਓ ਬਾਈ ਹਾਂ ਠੀਕ ਹੈ ਕੀ ਹੋ ਗਈ ਕਾਹਦੇ ਨਾਲ ਮੈਂ ਤਾਂ ਪੈਰ ਵਾਸ਼ ਕਰੀ ਅੰਦਰ ਸੇ ਮੇਰਾ ਦਿਲ ਗਿਆ ਕੀ ਪਾਣੀ ਆ ਗਿਆ ਜਾ ਦੇਖ ਕੇ ਆਇਆ ਮੈਂ ਦੇਖ ਕੇ ਨਹੀਂ ਆਇਆ ਮੇਰਾ ਪੈਰ ਅੱਗੇ ਹੋ ਗਿਆ ਸੀ ਚੱਲ ਐਂ ਵਾਸ਼ ਕਰੋ ਦਿਓਨਸ ਦੇ ਨਾਂ ਤੇ ਨਾ ਇਹ ਅਸੀਂ ਫਸਟ ਟਾਈਮ ਆਏ ਆ ਤੁਹਾਡੀ ਸ਼ਾਪ ਤੇ ਵੈਸੇ ਲੋ ਜੀ ਇੱਥੇ ਸਾਰੇ ਬ੍ਰਾਂਡ ਮਿਲਦੇ ਆ ਕੈਨੇਡਾ ਜਾਣ ਵਾਸਤੇ ਕੈਨੇਡਾ ਦੇ ਝੰਡੇ ਲਾਈ ਹੋਏ ਆ ਅੱਛਾ ਆ ਗਏ ਹੁਣ ਘਰੇ ਸ਼ਾਪਿੰਗ ਕਰਕੇ ਲੱਗਿਆ ਸੀ ਭੁੱਖ ਹੁਣ ਖਾਣ ਲੱਗਿਆ ਗੋਲਗੱਪੇ ਇੱਧਰ ਆਏ ਸੀ ਅਸੀਂ ਇੱਕ ਟਾਵਲ ਲੈਣੇ ਆ ਡੈਡੀ ਵਾਸਤੇ ਤੇ ਇੱਕ ਪੋਣੇ ਲੈਣੇ ਆ ਦੇਖਦੇ ਪਏ ਆ ਸ਼ੌਪ ਆ ਦੇ ਦੇ ਦੇਖੋ ਇਹ ਕਿੰਨੇ ਦਾ 110 ਕੀ ਫਰਕ ਹੈ ਇਹਦੇ ਚ ਕੁਆਲਿਟੀ ਦੇਖੋ ਹਾਂ ਜੀ ਸਾਈਜ਼ ਵੀ ਵੱਡਾ ਹੈ ਕੁਆਲਿਟੀ ਵੀ ਕਲਰ ਵਾਲੇ ਹੋ ਨਾ ਲਾਈਟ ਇਹ ਆਉਂਦੇ ਇਸ ਤਰ੍ਹਾਂ ਹੈ ਜੀ ਹਾਂ ਜੀ ਬਾਈ ਜੀ ਇੱਕ ਲੈ ਜਾਓ ਫਿਰ ਹੋਰ ਲੈ ਜਾਓ ਇੱਕ ਦੇ ਲੈ ਅੱਜ ਅਸੀਂ ਇੱਥੇ ਟਾਵਲ ਲੈਣ ਆਏ ਸੀਗੇ ਦੇਖੋ ਕੁਛ ਨਾ ਕੁਛ ਖਰੀਦਦੇ ਰਹਿੰਦੇ ਆ ਪੋਣੇ ਲੈਣੇ ਸੀਗੇ ਇੱਕ ਟਾਵਲ ਲੈਣੇ ਸੀਗੇ ਲੈਣੇ ਲੈਣੇ ਇਹਨਾਂ ਦਾ ਰੋਲ ਬਹੁਤ ਟੇਸਟੀ ਹੁੰਦਾ ਹੈਗਾ ਉਹ ਵੀ ਟਰਾਈ ਕਰਾਂਗੇ ਬਟ ਅੱਜ ਤਾਂ ਅਸੀਂ ਇੱਥੇ ਆਏ ਸੀਗੇ ਹਨੀ ਢਾਬੇ 'ਤੇ ਆਪਾਂ ਨੇ ਸਬਜ਼ੀ ਲਈ ਹੈ ਇਹਨਾਂ ਤੋਂ ਫੁਲਕੇ ਮੰਮੀ ਨੇ ਬਣਾ ਲਏ ਸੀ ਮੈਂ ਤਾਂ ਨਹੀਂ ਆਈ ਸੀ ਬਾਜ਼ਾਰ ਅਸੀਂ ਹੋ ਗਏ ਲੇਟ ਬਾਜ਼ਾਰੋਂ ਤਾਂ ਮੰਮੀ ਕਹਿੰਦੇ ਸਬਜ਼ੀ ਲੈ ਆਇਓ ਰੋਟੀ ਬਣੀ ਪਈ ਆ ਹੁਣ ਲੈ ਕੇ ਚੱਲਦੇ ਹਾਂ ਆਪਾਂ ਹਾਂਡੀ ਪਨੀਰ ਪਾਰਟੀ ਹਾਲ ਵੀ ਅਵੇਲੇਬਲ ਹੈ ਕਿਉਂਕਿ ਪਾਰਟੀ ਸਵਾਦ ਦੇ ਬਰਥਡੇ ਪਾਰਟੀਜ਼ ਵੀ ਕਰਦੇ ਆ ਵੈਜ ਐਂਡ ਨੋਨ ਵੈਜ ਮਹਿਤਾ ਬੁੱਕ ਸੈਂਟਰ ਹੈ ਅੱਜ ਮੌਸਮ ਵਧੀਆ ਬਾਹਰ ਠੰਡੀ ਠੰਡੀ ਹਵਾ ਚੱਲ ਰਹੀ ਹੈ
ਛੋਲੇ ਭਟੂਰੇ ਤਾਂ ਆਪਾਂ ਖਾ ਲਏ, ਸਾਗ ਰਹਿ ਗਿਆ, ਮੱਕੀ ਦੀ ਰੋਟੀ ਰਹਿ ਗਈ, ਪਨੀਰ ਟਿੱਕਾ, ਪਨੀਰ ਟਿੱਕਾ KFC ਚਾਪ ਵੀ ਦਿੰਦੇ ਆ, ਛੋਲੇ ਸਮੋਸਾ, ਸੋਇਆ ਚਾਪ, ਸਟੂਡੈਂਟ ਥਾਲੀ ਮਿਲਦੀ ਆ। टाइम हो गया 9:30, सब्जी हो गई अपनी पैक, हुन चलते आपां घरे। बाय बाय।